ਇੱਕ ਵਾਰ ਫਿਰ ਤੋਂ ਫੌਗੀ ਡੇ ਦੇ ਨਾਲ ਸਟਾਰਟ ਹੋ ਰਿਹਾ ਹੈ ਬਹੁਤ ਜ਼ਬਰਦਸਤ ਠੰਡ ਦੇ ਵਿਚਾਲੇ ਬਹੁਤ ਜ਼ਬਰਦਸਤ ਹੁੰਦ ਸਾਨੂੰ ਨਜ਼ਰ ਆ ਰਹੀ ਹੈ ਮੈਂ ਇਸ ਸਮੇਂ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਹੈ ਔਰ ਇਸ ਸਮੇਂ ਦੀ ਸਥਿਤੀ ਇਹ ਹੈ ਕਿ ਬਾਰਡਰ ਇੱਕ ਵਾਰ ਫਿਰ ਤੋਂ ਸ਼ਾਂਤ ਹੈ ਇੱਥੇ ਬਹੁਤ ਜ਼ਿਆਦਾ ਸਵੇਰ ਦੇ ਸਮੇਂ ਕੋਈ ਹਲਚਲ ਨਜ਼ਰ ਨਹੀਂ ਆ ਰਹੀ ਪਰ ਦੂਜਾ ਪੁਆਇੰਟ ਇਹ ਹੈ ਕਿ ਇਹ ਹਲਚਲ ਕਿੰਨੀ ਦੇਰ ਤੱਕ ਰੁਕੇਗੀ ਜਾਂ ਫਿਰ ਇਹ ਸ਼ਾਂਤੀ ਕਿੰਨੀ ਦੇਰ ਤੱਕ ਇੱਥੇ ਰਹੇਗੀ 10 ਜਿਹਦਾ ਟਾਈਮ ਦਿੱਤਾ ਗਿਆ ਹੈ ਔਰ 10 ਵਜੇ ਫਤਿਹਗੜ੍ਹ ਸਾਹਿਬ ਤੋਂ ਕੂਚ ਕਰਦੇ ਨਹੀਂ ਤਾਂ ਥੋੜੀ ਦੇਰ ਦੇ ਵਿੱਚ ਇੱਥੇ ਪਹੁੰਚ ਜਾਣਗੇ ਫਤਿਹਗੜ੍ਹ ਸਾਹਿਬ ਦਾ ਮਤਲਬ ਕੀ ਹੈ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦਾ ਅਸੀਂ ਜ਼ਿਕਰ ਕਰਦੇ ਆ ਜੋ ਬਿਲਕੁਲ ਪਟਿਆਲਾ ਦੇ ਨਾਲ ਐਡਜੋਇਨਿੰਗ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਓਨ ਰੋਡ ਹੋਣ ਗਈਆਂ ਜਿਹੜੇ ਉਹਨਾਂ ਦੇ ਟਰੈਕਟਰ ਟਰਾਲੀਆਂ ਹੋਣ ਗਈਆਂ ਬਿਲਕੁਲ ਓਨ ਰੋਡ ਹੋਣ ਗਈਆਂ ਤੁਸੀਂ ਕਹਿ ਸਕਦੇ ਹੋ ਕਿ ਸ਼ੰਭੂ ਬਾਰਡਰ ਕਰੀਬ 20 ਤੋਂ 25 ਮਿੰਟ ਅੱਧਾ ਘੰਟਾ ਜੇ ਉਹ ਠੀਕ ਠਾਕ ਸਪੀਡ ਦੇ ਵਿੱਚ ਆਉਣ ਤਾਂ ਫਿਰ ਲੱਗ ਸਕਦਾ ਹੈ ਵੱਧ ਤੋਂ ਵੱਧ 30 35 40 ਮਿੰਟ ਲੱਗ ਜਾਣਗੇ ਜਦੋਂ ਹੋ ਸਕਦਾ ਹੈ ਕਿ 10 ਵਜੇ ਤੋਂ ਪਹਿਲਾਂ ਵੀ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਉਹ ਨਿਕਲਣਾ ਸ਼ੁਰੂ ਕਰ ਦੇਣ ਔਰ ਉਸ ਤੋਂ ਬਾਅਦ ਪਿਕਚਰ ਇੱਥੇ ਕੀ ਬਣੇਗੀ ਉਸ ਨੂੰ ਲੈ ਕੇ ਇਸ ਸਮੇਂ ਸਭ ਦੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਮੈਂ ਸਮੇਂ ਮੌਜੂਦ ਹੈਗਾ ਹਾਂ ਸ਼ੰਭੂ ਬਾਰਡਰ ਦੇ ਉੱਤੇ ਹਲਕੀ ਹਲਕੀ ਸਨੂ ਧੁੱਪ ਦੀਆਂ ਕਿਰਨਾਂ ਨਜ਼ਰ ਆ ਰਹੀਆਂ ਨੇ ਔਰ ਇਸ ਸਮੇਂ ਕੱਲ ਦੀ ਤਰ੍ਹਾਂ ਹੀ ਅੱਜ ਵੀ ਬੈਰੀਕੇਡਿੰਗ ਅੱਜ ਦੀ ਅੱਜ ਦੀ ਸਵੇਰ ਵੀ ਬਿਲਕੁਲ ਸਿਕਿਉਰਿਟੀ ਦੇ ਨਾਲ ਸ਼ੁਰੂਆਤ ਹੋ ਰਹੀ ਹੈ ਔਰ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਆਖਿਰ ਇੱਥੇ ਕਿਸ ਤਰੀਕੇ ਦੇ ਇੰਤਜ਼ਾਮ ਨੇ ਜੋ ਮੈਂ ਕੱਲ ਤਸਵੀਰਾਂ ਦੇਖ ਪਾ ਰਿਹਾ ਸੀ ਉਸ ਤਰੀਕੇ ਨਾਲ ਅੱਜ ਹੈ ਸਵੇਰ ਦੇ ਸਮੇਂ ਇਹ ਜ਼ਰੂਰ ਹੈ ਕਿ ਕਿਉਂਕਿ ਬਹੁਤ ਹੁੰਦਾ ਹੈ ਸ਼ਾਇਦ ਤੁਹਾਨੂੰ ਦੂਰ ਤੱਕ ਨਾ ਦਿਖ ਰਿਹਾ ਹੋਵੇ ਅਜੇ ਜੇਕਰ ਮੈਂ ਇੱਕ ਵਾਰੀ ਬੈਰੀਕੇਡਿੰਗ ਵਾਲੇ ਪਾਸੇ ਦਿਖਾ ਸਕਾਂ ਅਹ ਤਾਂ ਤੋਂ ਦਿਖਣਾ ਹੈ ਕਿ ਕੱਲ ਤੇ ਅੱਜ ਤੇ ਵਿੱਚ ਫਰਕ ਹੀ ਹੈ ਕਿ ਕੱਲ ਜਿਹੜੇ ਹਰਿਆਣਾ ਪੁਲਿਸ ਆ ਪੈਰਾਮਿਲਟਰੀ ਫੋਰਸ ਜਿਹੜੀ ਲਗਾਈਆਂ ਗਈਆਂ ਨੇ ਉਹਨਾਂ ਦੇ ਜਵਾਨ ਪਿਛਲੀ ਬੈਰੀਕੇਡਿੰਗ ਤੋਂ ਪਿੱਛੇ ਸੀ ਹੁਣ ਬਿਲਕੁਲ ਅੱਗੇ ਤੱਕ ਆ ਚੁੱਕੇ ਨੇ ਔਰ देर रात ਕੋ ਜਿਸ ਤਰੀਕੇ ਦੀ ਸਥਿਤੀ ਸੀ ਮੈਂ ਕੱਲ ਦੇਰ ਰਾਤ ਵੀ ਇੱਥੇ ਮੌਜੂਦ ਸੀ ਉੱਥੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਸੀ ਤਾਂ ਹੁਣ ਅਲੱਗ-ਅਲੱਗ ਥਾਵਾਂ ਤੋਂ ਜਦੋਂ ਕਿਸਾਨ ਕੂਚ ਕਰਨਗੇ ਇੱਥੇ ਪਹੁੰਚਦੇ ਨੇ ਕਿੰਨੀ ਦੇਰ 'ਚ ਪਹੁੰਚਦੇ ਨੇ ਉਹਨਾਂ ਦੀ ਸਟ੍ਰੈਟੇਜੀ ਕੀ ਹੋਏਗੀ ਇੱਕਾ ਦੋਕਾ ਸਾਨੂੰ ਟਰੈਕਟਰ ਇੱਥੇ ਨਜ਼ਰ ਆਉਣੇ ਸ਼ੁਰੂ ਹੋ ਚੁੱਕੇ ਨੇ ਹੋ ਸਕਦਾ ਹੈ ਕਿ ਲੋਕਲ ਹੋਣ ਪਰ ਹੋ ਸਕਦਾ ਹੈ ਕਿ ਉਹ ਵਿਚੋਂ ਪਿਕਚਰ ਕਲੀਅਰ ਹੋਏਗੀ ਕਿ ਆਖਿਰ ਹੁਣ ਅੱਗੇ ਦੀ ਰੂਪਰੇਖਾ ਕਿਸਾਨਾਂ ਦੇ ਅੰਦੋਲਨ ਦੀ ਕੀ ਰਹਿੰਦੀ ਹੈ ਮੈਂ ਕੋਸ਼ਿਸ਼ ਕਰਦਾ ਕਿ ਹੋਰ ਤਸਵੀਰਾਂ ਤੇ ਪੂਰੀ ਜਿਹੜਾ ਬਿਆਨ ਉਹ ਤੁਹਾਡੇ ਤੱਕ ਕਰ ਸਕਾਂ ਤੇ ਜੋ ਮੈਂ ਟਰੈਕਟਰ ਦਾ ਜ਼ਿਕਰ ਕਰ ਰਿਹਾ ਸੀ ਟਰੈਕਟਰ ਇੱਕ ਵਾਰ ਜੇਕਰ ਧੁੰਦ ਹੈ ਬਹੁਤ ਜ਼ਿਆਦਾ ਸ਼ਾਇਦ ਦੂਰ ਤੱਕ ਸਾਨੂੰ ਕੈਮਰੇ ਦੀ ਨਜ਼ਰ ਨਾਲ ਨਾ ਦਿਖ ਸਕੇ ਪਰ ਅਸੀਂ ਬੈਰੀਕੇਟਿੰਗ ਵਾਲੇ ਪਾਸੇ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਮੇਂ ਤਿੰਨ ਬਾਰਡਰ ਬਹੁਤ ਸੈਂਸਿਟਿਵ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਸੈਂਸਿਟਿਵ ਤੁਸੀਂ ਕਹਿ ਸਕਦੇ ਹੋ ਕਿ ਸ਼ੰਭੂ ਬਾਰਡਰ ਹੈ ਮੈਂ ਕੱਲ ਦੀ ਸਥਿਤੀ ਦਾ ਜ਼ਿਕਰ ਕਰਾਂ ਜਿਵੇਂ ਗੁਰਜੋ ਤੁਸੀਂ ਜ਼ਿਕਰ ਕਰ ਰਹੇ ਸੀ ਕੱਲ 3 ਵਜੇ ਤੋਂ ਔਨਵਰਡਸ ਕਿਉਂਕਿ ਸਵੇਰ ਦੇ ਸਮੇਂ ਕੋ ਜਿਸ ਤਰੀਕੇ ਦਾ ਹੀ ਮਾਹੌਲ ਸੀ ਉਸ ਤੋਂ ਬਾਅਦ 3 ਵਜੇ ਤੋਂ ਔਨਵਰਡਸ ਇੱਥੇ ਹਲਚਲ ਵਧੀ 2-400 ਜਿਹੜੇ ਨੌਜਵਾਨ ਨੇ ਉਹ ਇਕੱਠੇ ਹੋ ਗਏ ਤੇ ਉਸ ਤੋਂ ਬਾਅਦ ਟਾਇਰ ਗੈਸ ਦਾ ਇਸਤੇਮਾਲ ਥੋੜੀ ਥੋੜੀ ਦੇਰ ਬਾਅਦ ਥੋੜੀ ਥੋੜੀ ਦੇਰ ਬਾਅਦ ਹੁੰਦਾ ਰਿਹਾ ਜਿਵੇਂ 3 ਵਜੇ ਤੋਂ 7-8 ਵਜੇ ਤੱਕ ਦਾ ਜ਼ਿਕਰ ਕਰਾਂ ਤਾਂ ਕ ਔਰ ਲਗਾਤਾਰ ਟਾਇਰ ਗੈਸ ਦਾ ਇਸਤੇਮਾਲ ਹੋਇਆ ਹੈ ਇਨਫੈਕਟ ਅਲੱਗ-ਅਲੱਗ ਤਰੀਕੇ ਦੇ ਨਾਲ ਉਹ ਚਾਹੇ ਤੁਸੀਂ ਕਹਿ ਲੋ ਕਿ ਜਿਹੜਾ ਟਾਇਰ ਗੈਸ ਦਾ ਇਸਤੇਮਾਲ ਹੋਇਆ ਡਰੋਨ ਦੇ ذریعے ਜਿਹੜੀ ਇਹਨਾਂ ਦੀ ਟਾਇਰ ਗੈਸ ਨੂੰ ਸ਼ੂਟ ਕਰਨ ਦੇ ਲਈ ਇੱਥੇ ਜਿਹੜੀ ਵੈਨ ਦਾ ਇੰਤਜ਼ਾਮ ਕੀਤਾ ਗਿਆ ਜਾਂ ਉਸ ਤੋਂ ਬਾਅਦ ਜਿਹੜੀ ਗੰਦੇ ਨਾਲ ਸ਼ੂਟ ਕੀਤਾ ਜਾਂਦਾ ਹੈ ਤਾਂ ਇਹ ਸਾਰੀ ਪਿਕਚਰ ਕੱਲ ਦੀ ਕਹਾਣੀ ਨੇ ਬਹੁਤ ਸਾਰੀਆਂ ਚੀਜ਼ਾਂ ਬਿਆਨ ਕਰ ਦਿੱਤੀਆਂ ਔਰ ਇੱਕ ਟਾਈਮ ਤਾਂ 3 ਵਜੇ ਦੇ ਕਰੀਬ ਅਜਿਹਾ ਸੀਗਾ ਕਿ ਕੁਝ 1-2 ਮਿੰਟ ਦੇ ਵਿੱਚ ਹੀ 10-12 14 ਫਾਇਰ ਕਰ ਦਿੱਤੇ ਗਏ ਟਾਇਰ ਗੈਸ ਦੇ ਮੈਂ ਇਹ ਵੀ ਕਰਕੇ ਦੱਸ ਰਿਹਾ ਕਿਉਂਕਿ ਇਹ ਦੱਸਣ ਦੇ ਲਈ ਕਾਫੀ ਹੈ ਕਿ ਜੇ ਪੂਰੀ ਸਟਰੈਂਥ ਦੇ ਨਾਲ ਇੱਕ ਲਖਤ ਉਧਰੋਂ ਕਿਸਾਨ ਇਧਰੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਤੇ ਦੂਜੇ ਪਾਸੇ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੋਈ ਐਕਸ਼ਨ ਲਿਆ ਜਾਂਦਾ ਤਾਂ ਫਿਰ ਉਹ ਸਥਿਤੀ ਭਿਆਨਕ ਵਰਗੀ ਸਥਿਤੀ ਹੋ ਸਕਦੀ ਹੈ ਉਸ ਸਥਿਤੀ ਦੇ ਵਿੱਚ ਦਿੱਕਤਾਂ ਦਰਪੇਸ਼ ਲਾਜ਼ਮੀ ਤੌਰ ਤੇ ਆ ਸਕਦੀਆਂ ਨੇ ਔਰ ਇੱਕ ਟੱਕਰੇ ਵਾਲੀ ਸਥਿਤੀ ਦੋਵੇਂ ਪਾਸੇ ਤੋਂ ਬਣ ਸਕਦੀ ਹੈ ਹੁਣ ਕਿਸਾਨ ਅਕੇ ਵਾਦੇ ਨੇ ਇੱਥੇ ਰੁਕਦੇ ਨੇ ਇੱਥੇ ਰੁਕ ਕੇ ਪ੍ਰੋਟੈਸਟ ਕੀਤਾ ਜਾਂਦਾ ਹੈ ਦਿੱਲੀ ਵਾਲੇ ਪਾਸੇ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਲਹਾਲ ਦਾ ਸਟੇਟਸ ਇਹ ਹੈ ਕਿਉਂਕਿ ਰਾਤ 12:30 ਵਜੇ ਤੱਕ ਕਰੀਬ ਕਰੀਬ ਮੀਟਿੰਗ ਚੱਲਦੀ ਰਹੀ ਬਹੁਤ ਸਾਰੀਆਂ ਉਮੀਦਾਂ ਮੀਟਿੰਗ ਨੂੰ ਲੈ ਕੇ ਸੀਗੀ ਉੱਥੋਂ ਪਿਕਚਰ ਕਲੀਅਰ ਹੋ ਜਾਏਗੀ ਪਰ ਇਸ ਤਰੀਕੇ ਨਾਲ ਹੋ ਨਹੀਂ ਸਕਿਆ ਔਰ ਉਸ ਤੋਂ ਬਾਅਦ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਦਿੱਲੀ ਕੂਚ ਕਰਾਂਗੇ ਦਿੱਲੀ ਕੂਚ ਦਾ ਵੀ ਸੱ ਕੀ ਜੇਕਰ ਕਿਸਾਨ ਦਿੱਲੀ ਕੂਚ ਕਰਦੇ ਨੇ ਤਾਂ ਫਿਰ ਰਾਹ ਤਾਂ ਇਹੀ ਨੇ ਜਾਂ ਤਾਂ ਸ਼ੰਭੂ ਤੋਂ ਜਾਣਗੇ ਜਾਂ ਫਿਰ ਉਹਨਾਂ ਦਾ ਰੂਟ ਹੋਏਗਾ ਡੱਬ ਵਾਲੀ ਦਾ ਜਾਂ ਫਿਰ ਉਹਨਾਂ ਦਾ ਰੂਟ ਹੋਏਗਾ ਖਨੌਰੀ ਦਾ ਮੇਨ ਰੋਡਸ ਆਹੀ ਨੇ ਇਹਨਾ ਹੋ ਸਕਦਾ ਕਿ ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਨੂੰ ਵੀ ਯੂਜ਼ ਕਰਨ ਕਿਸਾਨ ਪਰ ਉਸ ਦੀ ਪੋਸੀਬਿਲਿਟੀ ਘੱਟ ਨਜ਼ਰ ਆਉਂਦੀਆਂ ਨੇ ਇਸ ਕਰਕੇ ਸਥਿਤੀ ਇੱਥੇ ਥੋੜੀ ਸੈਂਸਿਟਿਵ ਜ਼ਰੂਰ ਹੈ ਫਿਲਹਾਲ ਬੇਸ਼ੱਕ ਕੋਈ ਆਪਣ ਨੂੰ ਸ਼ਾਂਤੀ ਦਿਖ ਰਹੀ ਹੋਵੇ ਜਾਂ ਫਿਰ ਇੱਥੇ ਦਾ ਮਾਹੌਲ ਸ਼ਾਂਤ ਦਿਖ ਰਿਹਾ ਹੋਵੇ ਬਹੁਤ ਸਾਰੇ ਮੀਡੀਆ ਵਾਲੇ ਸਵੀਰ ਦੇ ਸਮੇਂ ਇੱਥੇ ਪਹੁੰਚ ਗਏ ਨੇ ਟਰੈਕਟਰ ਟਰਾਲੀਆਂ ਦੀ ਆਮਦ ਉਸ ਤਰੀਕੇ ਨਾਲ ਨਜ਼ਰ ਨਹੀਂ ਆਈ ਤੇ ਇੱਕ ਹੋਰ ਥੋੜਾ ਜਿਹਾ ਮੈਂ ਜੇ ਜ਼ਿਕਰ ਕਰਾਂ ਅ 2020 ਤੇ 2024 ਨੂੰ ਆਪਾਂ ਲਗਾਤਾਰ ਕੰਪੇਅਰ ਕਰ ਰਹੇ ਹਾਂ 2020 ਦਾ ਮੈਂ ਜ਼ਿਕਰ ਕਰਾਂ ਤਾਂ 26 ਨਵੰਬਰ ਦਾ ਦਿਨ ਸੀ ਜਿਸ ਦਿਨ ਕਿਸਾਨਾਂ ਦੇ ਵੱਲੋਂ ਕੂਚ ਕੀਤਾ ਗਿਆ ਤਾਂ ਉਸ ਦਿਨ 26 ਨਵੰਬਰ ਇੱਥੇ ਖਨੌਰੀ ਜਾਂ ਸ਼ੰਭੂ ਦਿਨ ਸਵੇਰੇ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਸੀ ਕਿ ਜੇ ਅੱਜ ਦਾ ਜ਼ਿਕਰ ਕਰੀਏ ਤਾਂ ਅੱਜ ਸਵੇਰ ਦੇ ਸਮੇਂ ਇੱਥੇ ਕਿਸਾਨ ਨਜ਼ਰ ਨਹੀਂ ਆ ਰਹੇ ਨੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤਸਵੀਰ ਆਪਣੀ ਦਰਸ਼ਕਾਂ ਤੱਕ ਪਹੁੰਚਾਈਏ ਕੁਝ ਸੀਨੀਅਰ ਅਧਿਕਾਰੀ ਪਿੱਛੇ ਅਜੇ ਦਿਖਾ ਸਕੀਏ ਜੇ ਨਾ ਤਾਂ ਪਹੁੰਚੇ ਹੋਣੇ ਕੁਝ ਅਧਿਕਾਰੀ ਜਿਨ੍ਹਾਂ ਦੇ ਵੱਲੋਂ ਪੂਰਾ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਕਿਸ ਪਾਸੇ ਤੋਂ ਅੱਗੇ ਜਾ ਸਕਦੇ ਨੇ ਜਾਂ ਕਿਸ ਤਰੀਕੇ ਨਾਲ ਅੱਗੇ ਜਿਹੜੇ ਕਿਸਾਨ ਨੇ ਹੋ ਸਕਦੇ ਨੇ ਇਹ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਪਟਿਆਲਾ ਡਿਸਟ੍ਰਿਕਟ ਤੇ ਹੋਰ ਜਿਹੜੀਆਂ ਡਿਊਟੀਆਂ ਇੱਥੇ ਲਾਜ਼ਮੀ ਤੌਰ ਤੇ ਲੱਗੀਆਂ ਹੋਈਆਂ ਨੇ ਉਹਨਾਂ ਦੇ ਨਾਲ ਜੁੜੇ ਹੋਏ ਅਧਿਕਾਰੀ ਨੇ ਔਰ ਉਹਨਾਂ ਦੇ ਵੱਲੋਂ ਇੱਥੇ ਜਾਇਜ਼ਾ ਲਿਆ ਜਾ ਰਿਹਾ ਮੈਂ ਕੱਲ ਦਾ ਜ਼ਿਕਰ ਕਰਾਂ ਤਾਂ ਕੱਲ ਵੀ ਕੁਝ ਇਸ ਤਰੀਕੇ ਦੀ ਸਥਿਤੀ ਸੀ ਕੱਲ ਵੀ ਐਸਐਸਪੀ ਪਟਿਆਲਾ ਔਰ ਡੀਸੀ ਪਟਿਆਲਾ ਲਗਾਤਾਰ ਇੱਥੇ ਵਿਜ਼ਿਟ ਕਰਕੇ ਗਏ ਨੇ ਦੋ ਤਿੰਨ ਚਾਰ ਵਾਰੀ ਵਿਜ਼ਿਟ ਉਹਨਾਂ ਨੇ ਕੀਤੀ ਔਰ ਅ ਵਿਜ਼ਿਟ ਦੇ ਨਾਲ ਇੱਥੇ ਜਾਇਜ਼ਾ ਲੈ ਰਹੇ ਨੇ ਪੁਆਇੰਟ ਇਹ ਵੀ ਹੈ ਕਿ ਜੋ ਆਪਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਕੋਈ ਹਰਡਲਸ ਨਹੀਂ ਪਾਏ ਗਏ ਨੇ ਪੰਜਾਬ ਪੁਲਿਸ ਬੜਾ ਕਲੀਅਰ ਹੈ ਕਿ ਇੱਥੇ ਤੱਕ ਕਿਸਾਨ ਆ ਰਹੇ ਨੇ ਕੋਈ ਜ਼ਿਆਦਾ ਉਹਨਾਂ ਨੂੰ ਡਿਫਿਕਲਟੀ ਆਏਗੀ ਇਸ ਤਰੀਕੇ ਨਾਲ ਲੱਗ ਨਹੀਂ ਰਿਹਾ ਹਾਂ ਪੰਜਾਬ ਪੁਲਿਸ ਨੇ ਪਿੱਛੇ ਕੁਝ ਬੈਰੀਕੇਡਸ ਕਰਕੇ ਜਿਹੜੀ ਨਾਰਮਲ ਮੂਵਮੈਂਟ ਹੈ ਉਸ ਨੂੰ ਥੋੜਾ ਜਿਆ ਰੋਕਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਡਾਇਵਰਟ ਉੱਥੋਂ ਕੀਤਾ ਗਿਆ ਕਿ ਤੁਸੀਂ ਜਿਹੜੀ ਮੂਵਮੈਂਟ ਹੈ ਉਸ ਨੂੰ ਅਲੱਗ-ਅਲੱਗ ਪਾਸੇ ਨੂੰ ਡਾਇਵਰਟ ਕਰ ਦਵੋ ਉਹ ਚੀਜ਼ਾਂ ਹੁੰਦੀਆਂ ਹੋਈਆਂ ਨਜ਼ਰ ਆਈਆਂ ਨੇ ਪਰ ਦੀ ਰੋਕ ਦਿੱਤਾ ਗਿਆ ਜਾਂ ਫਿਰ ਕੋਈ ਹਰਡਲਸ ਲਗਾਏ ਗਈ ਨੇ ਉਸ ਤਰੀਕੇ ਦੀ ਸਥਿਤੀ ਨਹੀਂ ਹੈਗੀ ਹੈ ਔਰ ਮੌਜੂਦਾ ਸਮੇਂ ਦੇ ਵਿੱਚ ਮੈਂ ਜ਼ਿਕਰ ਕਰਾਂ ਤਾਂ ਕੁਝ ਬੈਰੀਕੇਡਸ ਨੇ ਜੇ ਕਿਸਾਨਾਂ ਨੂੰ ਕਿ ਤਾਂ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਸਿੱਧਾ ਆਣ ਦਿੱਤਾ ਜਾਏਗਾ ਬਿਲਕੁਲ ਹਾਈਵੇ ਤੋਂ ਤਾਂ ਉਹੀ ਸਥਿਤੀ ਇਸ ਸਮੇਂ ਨਜ਼ਰ ਆ ਰਹੀ ਹੈ ਔਰ ਕਾਬਿਲ ਗੌਰ ਹੈ ਕਿ ਜਿਹੜੇ ਕਿਸਾਨ ਅੱਗੇ ਮੂਵ ਕਰਦੇ ਹੋਏ ਆਣਗੇ ਤਾਂ ਇੱਥੇ ਤੱਕ ਤਾਂ ਉਹਨਾਂ ਨੂੰ ਪਹੁੰਚਣ ਦੇ ਵਿੱਚ ਕੋਈ ਜ਼ਿਆਦਾ ਮੁਸ਼ਕਿਲ ਹੋਏਗੀ ਨਹੀਂ ਲੱਗ ਰਿਹਾ ਕਿਉਂਕਿ ਮੈਂ ਬਹੁਤ ਪਿੱਛੇ ਤੱਕ ਰਾਜਪੁਰੇ ਤੋਂ ਵੀ ਅੱਗੇ ਤੱਕ ਅਸੀਂ ਜਾ ਕੇ ਦੇਖ ਕੇ ਆਏ ਸੀ ਕਿ ਕਿਵੇਂ ਦੇ ਬੈਰੀਕੇਡਿੰਗਸ ਕੀਤੀ ਗਈ ਹੈ ਜਾਂ ਕਿਸ ਤਰੀਕੇ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਉਹ ਇੰਤਜ਼ਾਮ ਕੁਝ ਇਸ ਤਰੀਕੇ ਦੇ ਹੀ ਨੇ ਕੀ ਜ਼ਿਆਦਾ ਕੋਈ ਹਾਰਡਲ ਕਿਸਾਨਾਂ ਦੇ ਲਈ ਨਹੀਂ ਹੈ ਕਿ ਡਾਇਰੈਕਟ ਕਿਸਾਨ ਆ ਸਕਦੇ ਨੇ ਇੱਥੇ ਪਹੁੰਚ ਜਾਣਗੇ ਹੁਣ ਇੱਥੇ ਆ ਕੇ ਸਥਿਤੀ ਕੀ ਬਣਦੀ ਹੈ ਇੱਥੋਂ ਕਿਸਾਨ ਕਿਵੇਂ ਮੂਵ ਅੱਗੇ ਹੁੰਦੇ ਨੇ ਉਹਨਾਂ ਦੇ ਵੱਲੋਂ ਬੈਰੀਕੇਡਸ ਨੂੰ ਤੋੜਿਆ ਜਾਂਦਾ ਹੈ ਇਹਨਾਂ ਨੂੰ ਸਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੈਰੀਕੇਟਿੰਗ ਲੇਅਰ ਦਾ ਇਸ ਕਰਕੇ ਵੀ ਜ਼ਿਕਰ ਨਹੀਂ ਕਰ ਰਹੇ ਕਿਉਂਕਿ ਪਿਛਲੇ 24-32 ਘੰਟਿਆਂ ਤੋਂ ਬੜਾ ਲਗਾਤਾਰ ਹਰ ਇੱਕ ਤਸਵੀਰ ਪਹੁੰਚਾ ਕੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਤੁਹਾਨੂੰ ਦਿਖਾ ਸਕੀਏ ਕਿ ਕਿਵੇਂ ਦੀ ਬੈਰੀਕੇਟਿੰਗ ਇੱਥੇ ਕੀਤੀ ਗਈ ਹੈ ਤਾਂ ਸਥਿਤੀ ਕਲੀਅਰ ਹੈ ਇਸ ਸਮੇਂ ਮੁਸਤਕਬਿਲ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਜਿਹੜੇ ਹਰਿਆਣਾ ਪੁ ਉਹਨਾਂ ਇੰਤਜ਼ਾਮ ਕਿਤੇ ਗਏ ਨਹੀਂ ਕਿ ਕਿਸਾਨ ਨੂੰ ਰੋਕਿਆ ਜਾ ਸਕੇ ਇਸ ਪੁਆਇੰਟ ਤੋਂ ਅੱਗੇ ਨਾ ਜਾਣ ਦਿੱਤਾ ਜਾਵੇ ਹੋਰ ਇਸ ਪੁਆਇੰਟ ਤੋਂ ਅੱਗੇ ਜਾਂਦੇ ਨੇ ਨਹੀਂ ਜਾਂਦੇ ਨੇ ਇਥੇ ਸਥਿਤੀ ਕੀ ਬਣਦੀ ਹੈ ਟੀਅਰ ਗੈਸ ਦਾ ਕਿੰਨਾ ਇਸਤੇਮਾਲ ਹੁੰਦਾ ਹੈ ਜਾਂ ਫਿਰ ਜਿਹੜੀ વોਟਰ ਕੈਨਨ ਦਾ ਕਿੰਨਾ ਇਸਤੇਮਾਲ ਹੁੰਦਾ ਹੈ ਰਹਸਲਾਂ ਪ੍ਰੈਕਟਿਸਾਂ ਸਭ ਕੁਝ ਹੋ ਚੁੱਕਿਆ ਨਹੀਂ ਤੇ ਹੁਣ ਵਾਰੀ ਹੋਏਗੀ ਐਕਸ਼ਨ ਦੀ ਐਕਸ਼ਨ ਦੂਵੇਂ ਪਾਸੇ ਤੋਂ ਜੇ ਹੁੰਦਾ ਤਾਂ ਫਿਰ ਸਥਿਤੀ ਬਹੁਤ ਚਿੰਤਾਜਨਕ ਹੋ ਜਾਏਗੀ ਮੈਂ ਸ਼ੰਭੂ ਬਾਰਡਰ ਦਾ ਇਸ ਕਰਕੇ ਵੀ ਜ਼ਿਕਰ ਕਰ ਰਹੇ ਹਾਂ ਗੁਰਜੋਤ ਕਿਉਂਕਿ ਇਹ ਸੈਂਸਿਟਿਵ ਆਪਣੇ ਆਪ ਦੇ ਵਿੱਚ ਬਣ ਜਾਂਦਾ ਹੈ ਨੋ ਕਾਬਿਲ ਗੌਰੇ ਕਿ ਇਸ ਵਾਰ ਜਿਹੜੀ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਦਿੱਲੀ ਕੂਚ ਦਾ ਉਹਨਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਨੇ ਸਰਵਨ ਸਿੰਘ ਪੰਦੇਰ ਜਿਹੜੇ ਮਾਝ ਦੇ ਇੱਕ ਵੱਡੇ ਕਿਸਾਨ ਆਗੂ ਕਹੇ ਜਾਂਦੇ ਨੇ ਉਹਨਾਂ ਦੀ ਜਥੇਬੰਦੀ ਦੇ ਜਿਹੜੇ ਕਿਸਾਨ ਆਗੂ ਨੇ ਹੋਰ ਥਾਵਾਂ ਦੇ ਉੱਤੇ ਵੀ ਹੈਗੇ ਨੇ ਪਰ ਮੇਨ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਜਥੇਬੰਦੀਆਂ ਕਿਸਾਨ ਕਿਸਾਨ ਜਥੇਬੰਦੀਆਂ ਦੀ ਮੈਂ ਗੱਲ ਕਰਾਂ ਤਾਂ ਉਹ ਮਾਝੇ ਵਾਲੇ ਪਾਸੇ ਤੋਂ ਸਰਵਨ ਸਿੰਘ ਬੰਦੇਰ ਨੂੰ ਸਪੋਰਟ ਕਰਦੀ ਆਉਣਗੀਆ ਤਰਨ ਤਰਨ ਤੋਂ ਦੂਜੇ ਪਾਸੇ ਤੋਂ ਬਹੁਤ ਸਾਰੇ ਜਿਹੜੇ ਸਾਡੇ ਤੱਕ ਅਸੀਂ ਗੱਲਬਾਤ ਕੀਤੀ ਹੈ ਜਿਹੜੇ ਕਿਸਾਨ ਇੱਥੇ ਪਹੁੰਚੇ ਸੀ ਖੈਰੋ ਤਸਵੀਰ ਹੈ ਇੱਕ ਵਾਰ ਮੈਂ ਤੁਹਾਨੂੰ ਦਿਖਾਣਾ ਜੇਕਰ ਧੁੰਦ ਦੇ ਵਿਚਾਲੇ ਅਸੀਂ ਦਿਖਾ ਸਕੀਏ ਕੁਝ ਟਰੈਕਟਰ ਇੱਥੇ ਪਹੁੰਚੇ ਹੋਏ ਨੇ ਟਰੈਕਟਰ ਟਰੈਕਟਰ ਦੇ ਉੱਤੇ ਕੁਝ ਨੌਜਵਾਨ ਨਜ਼ਰ ਆ ਰਹੇ ਨੇ ਮੀਡੀਆ ਦਾ ਜਮਾਵੜਾ ਲਾਜ਼ਮੀ ਤੌਰ ਦੇ ਉੱਤੇ ਲੱਗਿਆ ਹੋਇਆ ਤਾਂ ਉਹ ਤਸਵੀਰਾਂ ਸਭ ਕੁਝ ਬਿਆਨ ਆਪਣੇ ਰਹੀ ਹੈ ਕਿ ਕੀ ਸਥਿਤੀ ਇਸ ਸਮੇਂ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਬੇਸ਼ੱਕ ਫਿਲਹਾਲ ਇੱਕ ਟਰੈਕਟਰ ਸਾਨੂੰ ਨਜ਼ਰ ਆ ਰਿਹਾ ਹੋਵੇ ਇੱਕ ਆ ਦੂਕਾ ਟਰੈਕਟਰ ਇੱਥੇ ਨਜ਼ਰ ਆ ਰਿਹਾ ਹੁਣ ਪਰ ਹੋਰ ਥੋੜੀ ਦੇਰ ਦੇ ਵਿੱਚ ਸਥਿਤੀ ਕੁਝ ਵਕਰੀ ਹੋਏਗੀ ਔਰ ਗਿਣਤੀ ਉਸ ਸਮੇਂ ਕਰਨੀ ਸ਼ਾਇਦ ਮੁਸ਼ਕਲ ਹੋ ਜਾਏਗੀ ਕਿ ਕਿੰਨੇ ਟਰੈਕਟਰ ਇੱਥੇ ਪਹੁੰਚੇ ਹੋਏ ਨੇ ਕਿੰਨੇ ਲੋਕ ਇੱਥੇ ਪਹੁੰਚੇ ਹੋਏ ਨੇ ਜਾਂ ਕਿੰਨੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਉਹ ਉਹ ਪਿਕਚਰ ਥੋੜੀ ਦੇਰ ਦੇ ਵਿੱਚ ਆਪਾਂ ਸਮਝ ਸਕਦੇ ਹਾਂ ਕਿ ਉਹ ਕਲੀਅਰ ਹੁੰਦੀ ਹੋਈ ਨਜ਼ਰ ਆ